ਇਹ ਰੇਡੀਓ ਕਸ਼ਮੀਰ ਜੰਮੂ ਹੈ। 8:30 ਵਜੇ ਵਾਲੇ ਵਿਸ਼ੇਸ਼ ਚੁਣਾਵ ਬੁਲੇਟਿਨ ਕੰਨੇ ਮੈਂ ਵਿਜੇ ਵਰਮਾ। 17ਵੀਂ ਲੋਕ ਸਭਾ ਦੇ ਚੁਣਾਵਾਂ ਲਈ 542 ਸੀਟਾਂ ਪਰ ਪੁਆਏ ਗਏ ਵੋਟਾਂ ਦੀ ਗਿਣਤੀ ਜਾਰੀ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ NDA ਨੇ ਕਾਂਗਰਸ ਦੀ ਅਗਵਾਈ ਵਾਲੇ UPA ਤੇ ਹੋਰਨੇ ਰਾਜਨੀਤਿਕ ਪਾਰਟੀਆਂ ਸ਼ਾ ਖੜੀ ਮਤੀ ਬੜਤ ਬਣਾ ਲੈਤੀ ਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਲੋਕ ਸਭਾ ਚੁਣਾਵਾਂ ਦੇ ਫੈਸਲੇ ਪਰ ਪ੍ਰਤੀਕਿਰਿਆ ਦਿੰਦੇ ਹੋਏ ਆਖਿਆ ਜੇ ਇਹ ਭਾਰਤ ਦੀ ਜਿੱਤ ਹੈ। ਦੁਨੀਆਂ ਭਰ ਐਸ਼ਾ ਵਿਸ਼ਵ ਲੀਡਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਗੀ ਮੁਬਾਰਕਾਂ ਦਿੰਦੇ ਹੋਏ ਰਮਾਨਦਾਰੀ ਤੇ ਤਰੱਕੀ ਵਾਧੇ ਕੀਤੇ ਉਨਦੇ ਕੰਨੇ ਰਲੀਏ ਕੰਮ ਕਰਨ ਦੀ ਮਨਸ਼ਾ ਪ੍ਰਗਟ ਕੀਤੀ ਹੈ। ਏਲੇ ਤੋੜੀ ਉਪਲਬਧ ਰੁਝਾਨੇ ਮੁਜਬ ਲੋਕ ਸਭਾ ਦੀਆਂ 542 ਸੀਟਾਂ ਚਾ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ NDA 348 ਸੀਟਾਂ ਪਰ ਅੱਗੇ ਹੈ। UPA 99 ਸੀਟਾਂ ਪਰ ਅੱਗੇ ਚਲਾਰਦਾ ਹੈ ਤੇ ਹੋਰ ਦੂਈਆਂ ਪਾਰਟੀਆਂ 105 ਸੀਟਾਂ ਪਰ ਅੱਗੇ ਚਲਾਰਦੀਆਂ ਨੇ। ਜੰਮੂ ਕਸ਼ਮੀਰ ਚ ਲੋਕ ਸਭਾ ਦੀਆਂ 6 ਸੀਟਾਂ ਚਾ ਭਾਰਤੀ ਜਨਤਾ ਪਾਰਟੀ ਤੇ ਨੈਸ਼ਨਲ ਕਾਨਫਰੰਸ ਦੋ ਸੀਟਾਂ ਪਰ ਅੱਗੇ ਚਲਾਰਦੇ ਹੈ। ਨੈਸ਼ਨਲ ਕਾਨਫਰੰਸ ਦੇ ਲੀਡਰ ਡਾਕਟਰ ਫਾਰੂਕ ਅਬਦੁੱਲਾ ਹੋਰੇ ਸ੍ਰੀਨਗਰ ਵਾਲੀ ਲੋਕ ਸਭਾ ਸੀਟ ਜਿੱਤੀ ਲੈਤੀ ਹੈ। ਅਨੰਤਨਾਗ ਸੀਟ ਉਪਰ ਨੈਸ਼ਨਲ ਕਾਨਫਰੰਸ ਦੇ ਹਸਨੈਨ ਮਸੂਦੀ ਹੋਰ 6,006 ਕੋਲਾ ਉਪਰ ਵੋਟਾਂ ਦੇ ਵਾਧੇ ਕੰਨੇ ਜਿੱਤੀ ਗਏ ਨੇ। ਜੰਮੂ ਵਾਲੀ ਸੀਟ ਉਪਰ ਭਾਰਤੀ ਜਨਤਾ ਪਾਰਟੀ ਦੇ ਸ੍ਰੀ ਜੁਗਲ ਕਿਸ਼ੋਰ ਹੋਰੇ ਜਿੱਤ ਹਾਸਲ ਕਰ ਲੈਤੀ ਹੈ। ਬਾਰਾਮੂਲਾ ਸੀਟਾਂ ਸੁਆ ਨੈਸ਼ਨਲ ਕਾਨਫਰੰਸ ਦੇ ਮੁਹੰਮਦ ਅਕਬਰ ਲੋਨ ਹੋਰ 30,442 ਵੋਟਾਂ ਦੇ ਕੰਨੇ ਅੱਗੇ ਚਲਾਰਦੇ ਨੇ। ਲੱਦਾਖ ਵਾਲੀ ਸੀਟ ਉਪਰ ਭਾਰਤੀ ਜਨਤਾ ਪਾਰਟੀ ਦੇ ਸ਼ੇਰਿੰਗ ਨਾਮਗਿਆਲ ਹੋਰ 9,763 ਵੋਟਾਂ ਦੇ ਕੰਨੇ ਅੱਗੇ ਚਲਾਰਦੇ ਨੇ। ਉਧਮਪੁਰ ਵਾਲੀ ਸੀਟ ਉਪਰ ਭਾਰਤੀ ਜਨਤਾ ਪਾਰਟੀ ਦੇ ਡਾਕਟਰ ਜਿਤੇਂਦਰ ਸਿੰਘ ਹੋਰ 3,59,283 ਵੋਟਾਂ ਦੇ ਕੰਨੇ ਅੱਗੇ ਚਲਾਰਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਆਖਿਆ ਜੇ ਲੋਕ ਸਭਾ ਚੁਣਾਵਾਂ ਦੇ ਫੈਸਲੇ ਮਗਰਾ ਭਾਰਤ ਨੇ ਪਰਤੀ ਜਿੱਤ ਹਾਸਲ ਕੀਤੀ ਹੈ। ਇਕ ਟਵੀਟ ਸੰਦੇਸ਼ ਚ ਸ੍ਰੀ ਮੋਦੀ ਹੋਰੇ ਆਖਿਆ ਜੇਕਰ ਹਰ ਕੋਈ ਕਿੱਠਾ ਰਵੇ ਤਾਂ ਇਕ ਤਗੜੇ ਤੇ ਸਮਗਰਤਾ ਵਾਲੇ ਭਾਰਤ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਉਨੇ ਆਖਿਆ ਜੇ ਭਾਰਤ ਕਿੱਠੇ ਰਲੀਏ ਵਧੋਗ ਮਠੋਗ ਤੇ ਖੁਸ਼ਹਾਲ ਬਣੋਗ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਟਵੀਟ ਕੀਤਾ ਸਭ ਕਾ ਸਾਥ ਜਮਾ ਸਭ ਕਾ ਵਿਕਾਸ ਜਮਾ ਸਭ ਕਾ ਵਿਸ਼ਵਾਸ ਬਰਾਬਰ ਹੈ ਵਿਜੇਈ ਭਾਰਤ। ਤੁਆਈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਹੋਰੇ ਲੋਕ ਸਭਾ ਚੁਣਾਵਾਂ ਦੇ ਨਤੀਜੇ ਕੀ ਵਿਰੋਧੀ ਧੜੇ ਆਸਿਆ ਕੀਤੇ ਗਏ ਪ੍ਰੋਪੋਗੰਡਾ ਝੂਠ ਵਿਅਕਤੀਗਤ ਟਿੱਪਣੀਆਂ ਤੇ ਬੇਬੁਨਿਆਦ ਰਾਜਨੀਤਿਕ ਖਿਲਾਫ਼ ਜਨਾਦੇਸ਼ ਕਰਾਰ ਦਿੱਤਾ। ਇਕ ਟਵੀਟ ਸੰਦੇਸ਼ ਚ ਸ੍ਰੀ ਸ਼ਾਹ ਹੋਰੇ ਆਖਿਆ ਅਜੇ ਦੇ ਜਨਾਦੇਸ਼ ਸਵਾਂ ਇਹ ਵੀ ਪਤਾ ਲੱਗਦਾ ਹੈ ਜੇ ਲੋਕਾਂ ਵਿਕਾਸ ਤੇ ਰਾਸ਼ਟਰਵਾਦ ਕੀ ਚੁਣਿਆ ਹੈ ਤੇ ਜਾਤੀਵਾਦ ਭਾਈ ਭਤੀਜਾਵਾਦ ਤੇ ਤੁਸ਼ਟੀਕਰਨ ਦੀ ਰਾਜਨੀਤੀ ਕੀ ਸਿੱਧਾ ਸਿੱਧਾ ਖਾਰਜ ਕਰ ਦਿੱਤਾ ਹੈ। ਸ੍ਰੀ ਸ਼ਾਹ ਹੋਰੇ ਲੋਕਾਂ ਦੇ ਸਮਰਥਨ ਕੀਤਾ ਉਹਦਾ ਧੰਨਵਾਦ ਕੀਤਾ। ਵਿਸ਼ਵ ਦੇ ਨੇਤਾਏ ਆਮ ਚੁਣਾਵਾਂ ਚ ਇਤਿਹਾਸਕ ਜਿੱਤ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਗੀ ਵਧਾਈ ਦਿੱਤੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਹੋਰੇ ਸੰਸਦੀ ਚੁਣਾਵਾਂ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਗੀ ਮੁਬਾਰਕ ਦਿੰਦੇ ਹੋਏ ਦਵੱਖੀ ਸਰਬੰਧ ਮਜ਼ਬੂਤ ਕਰਨ ਵਾਸਤੇ ਰਲੀਏ ਯਤਨ ਕਰਨ ਬਾਰੇ ਆਪਣੀ ਰਜ਼ਾਮੰਦੀ ਪ੍ਰਗਟ ਕੀਤੀ। ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਨਯਾਮਿਨ ਨੇਤਨਯਾਹੂ ਤੇ ਨੇਪਾਲ ਦੇ ਪ੍ਰਧਾਨ ਮੰਤਰੀ KP ਸ਼ਰਮਾ ਓਲੀ ਹੋਰੇ ਨਰਿੰਦਰ ਮੋਦੀ ਹੋਰੇ ਗੀ ਅੱਗੇ ਸਫਲਤਾ ਦੀ ਕਾਮਨਾ ਕੀਤੀ ਹੈ ਤੇ ਆਖਿਆ ਜੇ ਉਹ ਉਨ੍ਹਾਂ ਦੇ ਕੰਨੇ ਮਿਲੀਏ ਕੰਮ ਕਰਨ ਦੀ ਤਾਂਘ ਰੱਖਦੇ ਨੇ। ਸ੍ਰੀਲੰਕਾ ਦੀ ਸਰਕਾਰ ਤੇ ਉਥੋਂ ਦੇ ਦੂਜੇ ਲੀਡਰਾਂ ਵੀ ਭਾਰਤੀ ਜਨਤਾ ਪਾਰਟੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਗੀ ਮੁਬਾਰਕ ਦਿੱਤੀ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਹੋਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਗੀ ਉਨ੍ਹਾਂ ਅਗਵਾਈ ਚ NDA ਦੀ ਹਾਸਲ ਜਿੱਤ ਉਪਰ ਮੁਬਾਰਕ ਦਿੱਤੀ ਹੈ। ਆਪਣੀ ਇਕ ਚਿੱਠੀ ਚ ਉਹਨੇ ਭਾਰਤ ਚੀਨ ਸਬੰਧਾਂ ਚ ਬਿਹਤਰੀ ਆਣਨੇ ਚ ਮੋਦੀ ਹੁੰਦੀ ਯਤਨੇ ਤੇ ਯੋਗਦਾਨ ਦੀ ਸਰਾਹਨਾ ਕੀਤੀ ਹੈ ਤੇ ਭਵਿੱਖ ਚ ਵੀ ਮੋਦੀ ਹੁੰਦੇ ਕੰਨੇ ਮਿਲੀਏ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਹੋਰੇ ਜਿਹੜੇ ਸ੍ਰੀਨਗਰ ਸੰਸਦੀ ਹਲਕੇ ਸੁਆ ਚੁਣਾਅ ਜਿੱਤੀ ਗਏ ਨੇ ਆਪਣੀ ਪਾਰਟੀ ਦੇ ਨੇਤਾਏ ਕਾਰਜਕਰਤਾਏ ਤੇ ਹਲਕੇ ਦੇ ਲੋਕਾਂ ਦਾ ਉਨ੍ਹਾਂ ਸਮਰਥਨ ਕਰਨ ਤਾਈਂ ਧੰਨਵਾਦ ਕੀਤਾ ਹੈ। ਤੁਹਾਈ ਨੈਸ਼ਨਲ ਕਾਨਫਰੰਸ ਦੇ ਉਪਾਧਿਅਕਸ਼ ਉਮਰ ਅਬਦੁੱਲਾ ਹੋਰੇ ਆਖਿਆ ਹੈ ਜੇ ਦੇਸੇ ਨੇ ਭਾਰਤੀ ਜਨਤਾ ਪਾਰਟੀ ਦੀ ਥਾਰ ਕਿਸੇ ਹੋਰ ਗੀ ਕਬੂਲ ਨਹੀਂ ਕੀਤਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੂਈ ਬਾਰੀ ਚਾਣ ਚੱਕ ਗਏ ਨਹੀਂ ਹੈ। ਇਹਦੇ ਕੰਨੇ ਗਏ ਇਹ ਵਿਸ਼ੇਸ਼ ਚੁਣਾਵ ਬੁਲੇਟਿਨ ਸਮਾਪਤ ਹੋਇਆ।